ਬੇਟਾ ਮੇਰਾ। ਕਿੰਨੇ ਜੀ ਨੇ ਘਰ ਚ, ਹਾਂਜੀ ਪਰਿਵਾਰ ਚ ਕਿੰਨੇ ਲੋਕ? ਅਸੀਂ 5 ਲੋਕ ਹੈ, ਛੇ। ਅੱਛਾ ਜੀ, ਤੇ ਵਿਸ਼ਾਲ ਕੀ ਕਰਦਾ ਹੈ? ਹਾਂਜੀ, ਉਹ ਲੱਕੜ ਦਾ ਕੰਮ ਕਰਦਾ ਸੀ। ਤੇ ਇਸ ਕੰਮ ਚ ਕਿੱਦਾਂ ਪੈ ਗਿਆ? ਇਸ ਕੰਮ ਚ ਲੱਕੜ ਦੇ ਕੰਮ ਚ ਮੁੰਡੇ ਨਾਲ ਗਿਆ ਸੀ, ਉਹਦੇ ਨਾਲ ਹੀ ਬਸ ਕੋਈ ਕੀ ਹੋਇਆ ਜੀ? ਬਸ ਇੱਥੋਂ ਕੰਮ ਤੋਂ ਗਿਆ, ਕੰਮ ਤੋਂ ਸਿਸਟਮ ਇਹਨਾਂ ਦਾ ਪਤਾ ਨੀ ਕੀ, ਮਤਲਬ ਕਿਸ ਤਰ੍ਹਾਂ ਇਕੱਠੇ ਕੰਮ ਕਰਦੇ, ਕੀ ਉਹ ਮੁੰਡੇ ਦਾ ਪਹਿਲਾਂ ਕੋਈ ਹੈਗਾ, ਕੋਈ ਕੀ ਚੱਕਰ ਹੈਗਾ ਕਿ ਨਹੀਂ ਹੈਗਾ, ਬਸ ਇਹੀ। ਤੇ ਤੁਹਾਨੂੰ ਕਿਤੋਂ ਕਦੋਂ ਪਤਾ ਲੱਗੇ ਇਹ ਗੱਲ? ਹਾਂਜੀ, ਤੁਹਾਨੂੰ ਕਦੋਂ ਪਤਾ ਲੱਗਾ? ਸਾਨੂੰ ਆਜ ਤੋਂ ਇਹ ਚੱਕਰ ਬਣਿਆ ਫੇਰ ਪਤਾ ਲੱਗਾ। ਬਲਾਸਟ ਤੋਂ ਬਾਅਦ ਪਤਾ ਲੱਗਾ? ਹਾਂਜੀ। ਕਿੰਨਾ ਚਿਰ ਹੋ ਗਿਆ ਘਰ ਨਹੀਂ ਸੀ ਆਇਆ? ਹਾਂਜੀ, ਘਰ ਆਏ ਨੂੰ ਕਿੰਨਾ ਚਿਰ ਹੋ ਗਿਆ? ਘਰ ਤੇ ਅੱਗੇ ਵੀ ਆਉਂਦੇ, 15-20 ਦਿਨਾਂ ਬਾਅਦ ਆ ਜਾਂਦੇ, ਜਾਨੀ ਕਿ ਮਹੀਨਾ ਲਾ ਕੇ ਕੰਮ ਤੋਂ ਆ ਜਾਂਦੇ, ਫੇਰ ਇਸ ਤਰ੍ਹਾਂ ਘੁੰਮ ਫਿਰ ਕੇ ਚੱਲ ਜਾਂਦਾ ਸੀ। ਬਸ ਫੇਰ ਜਾ ਕੇ ਲਾਸਟ ਟਾਈਮ ਕਦੋਂ ਆਇਆ ਸੀ? ਆ ਜੋ ਬਾਬੇ ਦੇ ਵਿਆਹ ਵਾਲੇ ਦਿਨ ਆਇਆ ਸੀ ਜਿਹੜਾ ਹੁਣ, ਹਾਂਜੀ ਹਾਂਜੀ, 10 ਸਤੰਬਰ ਨੂੰ ਆਇਆ। ਹਾਂਜੀ ਹਾਂਜੀ, ਕੀ ਗੱਲਬਾਤ ਹੋਈ ਸੀ ਉਦੋਂ? ਕੋਈ ਗੱਲਬਾਤ ਲੱਗੀ ਸੀ? ਹਾਂਜੀ, ਉਦੋਂ ਕੋਈ ਗੱਲਬਾਤ ਨਹੀਂ ਸੀ ਲੱਗੀ, ਕੋਈ ਮਹਿਸੂਸ ਹੀ ਨਹੀਂ ਹੋਇਆ, ਆਸਾ ਮਹਿਸੂਸ ਹੁੰਦਾ ਕਰਨਾ ਕੋਈ, ਤਾਂ ਸਮਝ ਨਾ ਲੱਗਦੀ ਕੋਈ। ਹੁਣ ਦਿਨ ਕਿਸ ਤਰ੍ਹਾਂ ਪੜਿਆ ਗਿਆ ਲੱਗਾ? ਹਾਂਜੀ, ਪੜਿਆ ਕਿੱਦਾਂ ਗਿਆ? ਕੋਈ ਪਤਾ ਨਹੀਂ ਲੱਗਾ, ਇਹ ਉਹਦੇ ਮੁੰਡੇ ਨੂੰ ਨਾਲ ਦੇ ਨੂੰ ਪਤਾ। ਹਾਂਜੀ, ਇਹ ਕੋਈ ਡਰਾਉਣ ਡਰੂਨ ਤੋਂ ਮੰਗਾਇਆ ਇਹਨਾਂ ਨੇ ਪਾਕਿਸਤਾਨ ਨੂੰ ਕਿਤੇ ਮੰਗਾਇਆ? ਇਹ ਭਾਜੀ ਕੁਛ ਨਹੀਂ ਪਤਾ ਸਾਨੂੰ, ਇਹ ਸਿਰਫ ਉਹਨਾਂ ਨੂੰ ਪਤਾ। ਮੁੰਡੇ ਨੇ ਵਾਰਿਆ ਜੀ ਸਾਡਾ ਬੰਦਾ ਭਾਜੀ, ਮੇਰੇ ਦੋਵੇਂ ਬੇਟੇ। ਅੱਛਾ ਜੀ, ਵਿਸ਼ਾਲ ਵੱਡਾ ਕਿ ਛੋਟਾ? ਵਿਸ਼ਾਲ ਵੱਡਾ। ਕੀ ਕਹਿਣਾ ਚਾਹੋਗੇ ਵਿਸ਼ਾਲ ਬਾਰੇ, ਜੋ ਉਹਨੇ ਕੀਤਾ ਠੀਕ ਕੀਤਾ ਕਿ ਗਲਤ ਕੀਤਾ? ਗਲਤ ਕੀਤਾ। ਕੀ ਹੋਣਾ ਚਾਹੀਦਾ ਜਦੋਂ ਹੁਣ ਆਖਰੀ ਵਾਰੀ ਤੁਹਾਡੇ ਨਾਲ ਆਇਆ ਘਰ ਤੇ, ਕਿਸ ਤਰ੍ਹਾਂ ਦਾ ਉਹਦਾ ਮਾਹੌਲ ਸੀ, ਕਿਸ ਤਰ੍ਹਾਂ ਦਾ ਉਹਦਾ ਜਿਹੜਾ ਸੀ ਉਹ ਗੱਲਬਾਤ ਕਰਦਾ? ਉਹ ਬੱਚਾ ਜਿਹੜਾ ਨਾਲ ਆਇਆ ਸੀ ਨਾ, ਉਹਨੇ ਫੋਨ ਕਰਕੇ ਸੱਦਿਆ। ਨਾਲ ਕੋਈ ਹੋਰ ਮੁੰਡਾ ਵੀ ਆਇਆ ਸੀ? ਫੋਨ ਜਦੋਂ ਆਇਆ ਸੀ, ਹਾਂਜੀ, ਉਹ ਕਿੱਦਾਂ ਦਾ ਸੀ? ਉਹ ਗੱਲਬਾਤ ਆਪਸ ਚ ਕਰਦੇ ਸੀ ਇਹ ਤੋਂ ਲੱਗਾ ਪਤਾ? ਨਹੀਂ ਹਾਂਜੀ, ਉਹ ਵੀ ਲੱਕੜ ਦੇ ਕੰਮ ਕਰਦੇ, ਉਹ ਵੀ ਲੱਕੜ ਦੇ ਕੰਮ ਕਰਦੇ, ਇਕੱਠੇ ਕਰਦੇ ਸੀ ਕੰਮ। ਮੁੜ ਕੇ ਉਹ ਮੁੰਡਾ ਜਿਹੜਾ ਸ੍ਰੀਨਗਰ ਸੀ, ਮੇਰਾ ਬੇਟਾ ਜਿਹੜਾ ਹਿਮਾਚਲ ਸੀ, ਮੇਰੇ ਬੇਟੇ ਨੂੰ ਫੋਨ ਕਰਕੇ ਸੱਦਿਆ ਇਹਨੇ, ਫੇਰ ਮੇਰੇ ਬੇਟੇ ਨਾਲ। ਮੁੜ ਕੇ ਉਹਨੂੰ ਸੱਦਿਆ ਉੱਥੇ, ਕਿੱਥੇ ਦਾ ਦੂਸਰਾ ਮੁੰਡਾ? ਕਿੱਥੇ ਦਾ? ਜੱਡਾ ਪਛੀਆ। ਉਹ ਵੀ ਡੇਰਾ ਬਾਬਾ ਨਾਲ? ਬੇਟਾ ਮੇਰਾ। ਕਿੰਨੇ ਜੀ ਨੇ ਘਰ? ਹਾਂਜੀ, ਪਰਿਵਾਰ ਚ ਕਿੰਨੇ ਲੋਕ? ਅਸੀਂ 5 ਲੋਕ ਹੈ, ਛੇ। ਤੇ ਵਿਸ਼ਾਲ ਕੀ ਕਰਦਾ ਹੈ? ਉਹ ਲੱਕੜ ਦਾ ਕੰਮ ਕਰਦਾ ਸੀ। ਤੇ ਇਸ ਕੰਮ ਚ ਕਿੱਦਾਂ ਪੈ ਗਿਆ? ਇਸ ਕੰਮ ਚ ਲੱਕੜ ਦੇ ਕੰਮ ਚ ਮੁੰਡੇ ਨਾਲ ਗਿਆ ਸੀ, ਉਹਦੇ ਨਾਲ ਹੀ ਬਸ ਕੋਈ ਕੀ ਹੋਇਆ ਜੀ? ਬਸ ਇੱਥੋਂ ਕੰਮ ਤੋਂ ਗਿਆ, ਕੰਮ ਤੋਂ ਸਿਸਟਮ ਇਹਨਾਂ ਦਾ ਪਤਾ ਨੀ ਕੀ, ਮਤਲਬ ਕਿਸ ਤਰ੍ਹਾਂ ਇਕੱਠੇ ਕੰਮ ਕਰਦੇ, ਕੀ ਉਹ ਮੁੰਡੇ ਦਾ ਪਹਿਲਾਂ ਕੋਈ ਹੈਗਾ, ਕੋਈ ਕੀ ਚੱਕਰ ਹੈਗਾ ਕਿ ਨਹੀਂ ਹੈਗਾ, ਬਸ ਇਹੀ। ਤੇ ਤੁਹਾਨੂੰ ਕਿਤੋਂ ਕਦੋਂ ਪਤਾ ਲੱਗੇ ਇਹ ਗੱਲ? ਹਾਂਜੀ, ਤੁਹਾਨੂੰ ਕਦੋਂ ਪਤਾ ਲੱਗਾ? ਸਾਨੂੰ ਆਜ ਤੋਂ ਇਹ ਚੱਕਰ ਬਣਿਆ ਫੇਰ ਪਤਾ ਲੱਗਾ। ਬਲਾਸਟ ਤੋਂ ਬਾਅਦ ਪਤਾ ਲੱਗਾ? ਹਾਂਜੀ। ਕਿੰਨਾ ਚਿਰ ਹੋ ਗਿਆ ਘਰ ਨਹੀਂ ਸੀ ਆਇਆ? ਹਾਂਜੀ, ਘਰ ਆਏ ਨੂੰ ਕਿੰਨਾ ਚਿਰ ਹੋ ਗਿਆ? ਘਰ ਤੇ ਅੱਗੇ ਵੀ ਆਉਂਦੇ, 15-20 ਦਿਨਾਂ ਬਾਅਦ ਆ ਜਾਂਦੇ, ਜਾਨੀ ਕਿ ਮਹੀਨਾ ਲਾ ਕੇ ਕੰਮ ਤੋਂ ਆ ਜਾਂਦੇ, ਫੇਰ ਇਸ ਤਰ੍ਹਾਂ ਘੁੰਮ ਫਿਰ ਕੇ ਚੱਲ ਜਾਂਦਾ ਸੀ। ਬਸ ਫੇਰ ਜਾ ਕੇ ਲਾਸਟ ਟਾਈਮ ਕਦੋਂ ਆਇਆ ਸੀ? ਆ ਜੋ ਬਾਬੇ ਦੇ ਵਿਆਹ ਵਾਲੇ ਦਿਨ ਆਇਆ ਸੀ ਜਿਹੜਾ ਹੁਣ, ਹਾਂਜੀ 10 ਸਤੰਬਰ ਨੂੰ ਆਇਆ। ਹਾਂਜੀ ਹਾਂਜੀ, ਕੀ ਗੱਲਬਾਤ ਹੋਈ ਸੀ ਉਦੋਂ? ਕੋਈ ਗੱਲਬਾਤ ਲੱਗੀ ਸੀ? ਹਾਂਜੀ, ਉਦੋਂ ਕੋਈ ਗੱਲਬਾਤ ਨਹੀਂ ਸੀ ਲੱਗੀ, ਕੋਈ ਮਹਿਸੂਸ ਹੀ ਨਹੀਂ ਹੋਇਆ, ਆਸਾ ਮਹਿਸੂਸ ਹੁੰਦਾ ਕਰਨਾ ਕੋਈ, ਤਾਂ ਸਮਝ ਨਾ ਲੱਗਦੀ ਕੋਈ। ਹੁਣ ਦਿਨ ਕਿਸ ਤਰ੍ਹਾਂ ਪੜਿਆ ਗਿਆ ਲੱਗਾ? ਹਾਂਜੀ, ਪੜਿਆ ਕਿੱਦਾਂ ਗਿਆ? ਕੋਈ ਪਤਾ ਨਹੀਂ ਲੱਗਾ, ਇਹ ਉਹਦੇ ਮੁੰਡੇ ਨੂੰ ਨਾਲ ਦੇ ਨੂੰ ਪਤਾ।
ਜਦੋਂ ਆਖਰੀ ਵਾਰੀ ਤੁਹਾਡੇ ਨਾਲ ਆਇਆ ਘਰ ਤੇ ਕਿਸ ਤਰ੍ਹਾਂ ਦਾ ਉਹਦਾ ਮਾਹੌਲ ਸੀ, ਕਿਸ ਤਰ੍ਹਾਂ ਦਾ ਉਹਦਾ ਜਿਹੜਾ ਸੀ ਉਹ ਗੱਲਬਾਤ ਕਰਦਾ? ਉਹ ਬੱਚਾ ਜਿਹੜਾ ਨਾਲ ਆਇਆ ਸੀ ਨਾ, ਉਹਨੇ ਫੋਨ ਕਰਕੇ ਸੱਦਿਆ। ਨਾਲ ਕੋਈ ਹੋਰ ਮੁੰਡਾ ਵੀ ਆਇਆ ਸੀ? ਹਾਂਜੀ। ਫੋਨ ਜਦੋਂ ਆਇਆ ਸੀ ਹਾਂਜੀ, ਉਹ ਕਿੱਦਾਂ ਦਾ ਸੀ? ਉਹ ਗੱਲਬਾਤ ਆਪਸ ਚ ਕਰਦੇ ਸੀ ਤੋਂ ਲੱਗਾ ਪਤਾ ਨਹੀਂ? ਨਹੀਂ ਹਾਂਜੀ ਸਰ, ਉਹ ਵੀ ਲੱਕੜ ਦੇ ਕੰਮ ਕਰਦਾ, ਉਹ ਵੀ ਲੱਕੜ ਦੇ ਕੰਮ ਕਰਦੇ, ਇਕੱਠੇ ਕਰਦੇ ਸੀ ਕੰਮ। ਮੁੜ ਕੇ ਉਹ ਮੁੰਡਾ ਜਿਹੜਾ ਸ੍ਰੀਨਗਰ ਸੀ, ਮੇਰਾ ਬੇਟਾ ਜਿਹੜਾ ਹਿਮਾਚਲ ਸੀ, ਮੇਰੇ ਬੇਟੇ ਨੂੰ ਫੋਨ ਕਰਕੇ ਸੱਦਿਆ ਇਹਨੇ, ਫਿਰ ਮੇਰੇ ਬੇਟੇ ਨਾਲ। ਤੁਹਾਡਾ ਬੇਟਾ ਹਿਮਾਚਲ ਕੰਮ ਕਰਦਾ ਸੀ ਤੇ ਉਹ ਸ੍ਰੀਨਗਰ? ਸ੍ਰੀਨਗਰ ਕੰਮ ਕਰਦਾ, ਉੱਥੇ ਇਹਨਾਂ ਦੀ ਦੋਸਤੀ ਹੋਈ? ਹਾਂਜੀ, ਉੱਥੇ ਨਹੀਂ ਮੁੜ ਕੇ ਉਹਨੂੰ ਸੱਦਿਆ ਉੱਥੇ। ਤੇ ਕਿੱਥੇ ਦਾ ਸੀ ਦੂਸਰਾ ਮੁੰਡਾ? ਕਿੱਥੇ ਦਾ ਸੀ? ਪੱਛੀਆ ਦਾ। ਪੱਛੀਆ ਜੱਡਾ? ਪੱਛੀਆ ਉਹ ਵੀ ਡੇਰਾ ਬਾਬਾ ਨਾਨਕ।